उत्तरी भारत इंस्टीट्यूट ऑफ फैशन टेक्नोलॉजी यानी कि निफ्ट की स्थापना सरकार द्वारा 1995 मोहाली विखे की गई सी। यह पंजाब के उद्योग अते वणज विभाग अधीन निफ्ट डिजाइन प्रबंधन अते टेक्नोलॉजी के खेत्र विच सिक्ख्या प्रदान करता आ रहा, जिथे 54 विद्यार्थी दाखला लैण अते इस दे विद्यक प्रोग्रामा दा लाभ लैण दे लई देश भर तों आउंदे हन। इंस्टीट्यूट हर 20 दे साल दे नाल नवें कोर्सां नूं जोड़दा होया अते कपड़ा उद्योग नाल लगातार मजबूत संबंधा दा विकास कर रहा है। उद्योग नूं फैशन कारोबार विच सिखलाई प्राप्त पेशेवर प्रदान करन लई निफ्ट मोहाली ने साल 2008 अते 2009 विच करमवार लुधियाणा अते जलंधर विखे दो केंद्र भी स्थापित किए हैं। हुण निफ्ट 2023 दी एडमिशन दी शुरुआत हो चुकी है ते टीचर्स वल्लों जाणो के बच्चे किस तरह लै सकदे ने एडमिशन्स ते किहड़े-किहड़े कोर्सेस प्राप्त कर सकदे ने। अज मैं सारयां नूं अनाउंस करना चाहुंदी हां साडे पंजाब दे यूथ नूं कि निफ्ट अकैडमिक सैशन 2023 दे लई एडमिशन्स ओपन करदी हां। ਐਤਕੀ ਅਸੀਂ ਦਾਖਲੇ ਦੋ ਪ੍ਰੋਗਰਾਮਸ ਦੇ ਲਈ BSc ਨਿਟਵੇਅਰ ਡਿਜ਼ਾਈਨ ਅਤੇ ਦੂਸਰਾ BWOC ਫੈਸ਼ਨ ਡਿਜ਼ਾਈਨ ਅਤੇ ਗਾਰਮੈਂਟ ਟੈਕਨੋਲੋਜੀ ਦੇ ਲਈ ਅਨਾਊਂਸ ਕੀਤਾ ਹੈ। ਲਾਸਟ ਡੇਟ ਆਫ ਐਪਲੀਕੇਸ਼ਨ 28 ਮਈ ਹੈ। ਫਰਦਰ ਕੋਈ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਜਾਂ ਜਾਣਕਾਰੀ ਜੇ ਸਾਨੂੰ ਚਾਹੀਦੀ ਹੈ ਸਾਡੇ ਕੈਂਡੀਡੇਟਸ ਨੂੰ, ਉਹ www.nifftindia.com ਦੇ ਉੱਤੇ ਇਨਫੋਰਮੇਸ਼ਨ ਲੈ ਸਕਦੇ ਨੇ। ਅਪਲਾਈ ਕਰਨਾ ਬਹੁਤ ਆਸਾਨ ਹੈ। ਨਿਫਟ ਲੁਧਿਆਣਾ ਦਾ ਹਾਈਪਰਲਿੰਕ ਹੈ, ਦੈਟ ਇਜ਼ bit.ly/NIIFT Ludhiana, ਜਿਹਦੇ ਉੱਤੇ ਉਹ ਜਾ ਕੇ ਡਾਇਰੈਕਟ ਰਜਿਸਟ੍ਰੇਸ਼ਨ ਕਰ ਸਕਦੇ ਨੇ। ਜਨਰਲ ਕੈਟੇਗਰੀ ਦੀ ਐਪਲੀਕੇਸ਼ਨ ਦੀ ਫੀਸ 1750 ਰੁਪਏ ਅਤੇ ਰਿਜ਼ਰਵ ਕੈਟੇਗਰੀ ਦੀ ਫੀਸ 450 ਹੈ। ਕੋਈ ਵੀ ਸਟੂਡੈਂਟ ਜਿਹੜਾ ਪੰਜਾਬ ਦਾ ਯੂਥ ਹੈ, ਜੇ ਕੋਈ ਕਰੀਅਰ ਓਰੀਐਂਟਡ ਪ੍ਰੋਗਰਾਮ ਜਿਹਦੇ ਵਿੱਚ ਆਲਮੋਸਟ 100% ਪਲੇਸਮੈਂਟਸ ਹੈਗੀਆਂ ਹੈ, ਆਪਣੇ ਲਈ ਇੱਕ ਕਰੀਅਰ ਡਿਵੈਲਪ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਸਾਰੇ ਕਾਈਂਡਲੀ ਨਿਫਟ ਜੁਆਇਨ ਕਰੋ। ਅੱਜ ਦੀ ਪ੍ਰੈਸ ਕਾਨਫਰੰਸ ਬੇਸਿਕਲੀ ਅਸੀਂ ਇੱਕ ਜਿਹੜਾ ਲੋਕਲ ਯੂਥ ਹੈ ਜਿਹੜਾ ਪਲੱਸ ਟੂ ਦੇ ਵਿੱਚ ਅਪੀਅਰ ਹੋਇਆ ਅਤੇ ਹੁਣ ਬਹੁਤ ਜਲਦੀ ਉਹਨਾਂ ਦਾ ਰਿਜ਼ਲਟ ਆ ਕੇ ਬੱਚਾ ਅੱਗੇ ਸੋਚਦਾ ਵੀ ਅੱਗੇ ਉਸ ਤੋਂ ਬਾਅਦ ਕੀ ਕਰੀਏ ਆਪਣਾ ਕੈਰੀਅਰ ਬਣਾਉਣ ਵਾਸਤੇ, ਤਾਂ ਅਸੀਂ ਬੱਚਿਆਂ ਨੂੰ ਅਵੇਅਰ ਕਰਨ ਵਾਸਤੇ ਪ੍ਰੈਸ ਕਾਨਫਰੰਸ ਜਿਹੜੀ ਹੈ ਇਹ ਔਰਗਨਾਈਜ਼ ਕੀਤੀ ਹੈ। ਇਹਦੇ ਵਿੱਚ ਅਸੀਂ ਦੱਸਿਆ ਸਾਰਾ ਡਿਟੇਲ ਦੇ ਵਿੱਚ ਵੀ ਕਿਹੜੇ ਕਿਹੜੇ ਕੋਰਸਿਸ ਅਸੀਂ ਕੰਡਕਟ ਕਰ ਰਹੇ ਹਾਂ ਅਤੇ ਅੱਗੇ ਉਹਨਾਂ ਦੀ ਕੈਰੀਅਰ ਓਪਰਚੁਨਿਟੀਜ਼ ਕੀ ਹੈ। ਹਾਂਜੀ, ਇਹ ਸਾਡਾ ਰੈਗੂਲਰ ਈਵੈਂਟ ਹੈ, ਜਦੋਂ ਵੀ ਅਸੀਂ ਇਹ ਅਨਾਊਂਸ ਕਰਦੇ ਹਾਂ ਥਰੂ ਇਹ ਪ੍ਰੈਸ ਕਾਨਫਰੰਸ ਹੀ ਅਸੀਂ ਸਾਡੀ ਐਡਮਿਸ਼ਨ ਦਾ ਜਿਹੜਾ ਪ੍ਰੋਸੈਸ ਹੈ ਅਨਾਊਂਸ। ਮੈਂ ਸਭ ਤੋਂ ਪਹਿਲਾਂ ਨਿਫਟ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਕਿ ਇਹਨਾਂ ਨੇ ਬੜਾ ਅੱਛੇ ਤਰੀਕੇ ਦੇ ਨਾਲ ਸਾਡੀ ਇੰਡਸਟਰੀ ਨਾਲ ਕੰਸਲਟ ਕਰਕੇ ਸਾਰੇ ਜਿਹੜੇ ਪ੍ਰੋਗਰਾਮਸ ਨੇ ਜਾਂ ਕੋਰਸਿਸ ਨੇ ਅਪ ਟੂ ਮਾਰਕ ਬਣਾਏ ਨੇ। ਸਾਡੀ ਆਪਦੀ ਇਹ ਖਾਹਿਸ਼ ਹੈ ਕਿ ਬੱਚਾ ਇੰਸਟੀਟਿਊਟ 'ਚੋਂ ਪੜ੍ਹ ਕੇ ਬਾਹਰ ਆਵੇ ਅਤੇ ਆਉਂਦੇ ਸਾਰੀ ਇੰਡਸਟਰੀ ਦੇ ਵਿੱਚ ਉਹਨੂੰ ਐਡਜਸਟ ਕਰ ਲਿਆ ਜਾਵੇ। ਦੈਟ ਇਜ਼ ਅ ਵੈਰੀ ਗੁੱਡ ਥਿੰਗ, ਔਰ ਇਹ ਹੋਣੀ ਚਾਹੀਦੀ ਸੀ, ਬੜੀ ਦੇਰ ਦੀ ਸੀ। ਔਰ ਕੋਰਸਿਸ ਦੇ ਇੰਨੇ ਮੀਨਿੰਗਫੁੱਲ ਬਣਾਏ ਨੇ, ਨਿਟਵੀਅਰ ਅਸੀਂ ਸਪੈਸ਼ਲ ਕਰਕੇ ਇੱਥੇ ਐਡ ਕਰਵਾਇਆ, ਵੂਲਨ ਨਿਟਵੀਅਰ ਕਰਕੇ। ਅਸੀਂ ਲੋਕ ਲੁਧਿਆਣਾ ਮਾਨਚੈਸਟਰ ਆਫ ਵਰਲਡ ਮੰਨੇ ਜਾਂਦੇ ਹਾਂ, ਔਰ ਲੁਧਿਆਣੇ ਦੇ ਵਿੱਚ ਇਸ ਕਰਕੇ ਸਾਡੀ ਖਾਸੀਅਤ ਹੈ। ਸਾਡੇ ਕੋਲ ਸਾਰੇ ਇੰਟਰਨੈਸ਼ਨਲ ਬ੍ਰਾਂਡ ਜਿੰਨੇ ਨੇ ਉਹ ਇੱਥੇ ਬਣਦੇ ਨੇ। ਵੀ ਆਰ ਟੇਕਿੰਗ ਕੇਅਰ ਫੋਰ ਦੈਟ। ਸਾਰੇ ਬੱਚਿਆਂ ਨੂੰ ਉਮੀਦ ਹੈ, ਪੇਰੈਂਟਸ ਨੂੰ ਉਮੀਦ ਹੈ ਵੀ ਇੱਥੇ ਆਓ ਔਰ ਬੱਚਿਆਂ ਨੂੰ ਦਾਖਲ ਕਰਾਓ, ਐਂਡ ਵੀ ਟੇਕ 100% ਗਰੰਟੀ ਫੋਰ ਦਾ ਪਲੇਸਮੈਂਟ। ਹਾਂਜੀ, ਮੇਰਾ ਨਾਮ ਰਮਨਪ੍ਰੀਤ ਕੌਰ ਹੈ। ਮੈਂ ਇੱਥੇ ਅਸਿਸਟੈਂਟ ਪ੍ਰੋਫੈਸਰ ਦੇ ਤੌਰ 'ਤੇ ਕੰਮ ਕਰ ਰਹੀ ਹਾਂ, ਜਿਹਦੇ ਵਿੱਚ ਮੈਂ ਇੰਡਸਟਰੀਅਲ ਪੈਟਰਨ ਮੇਕਿੰਗ ਪੜ੍ਹਾਉਂਦੀ ਹਾਂ। ਇਹਦੇ ਵਿੱਚ ਅਸੀਂ ਬੱਚਿਆਂ ਨੂੰ ਪੂਰੇ ਕੋਰਸ ਵਿੱਚ ਕੱਪੜਾ ਡਿਜ਼ਾਈਨ ਕਰਨ ਤੋਂ ਲੈ ਕੇ ਕੱਪੜੇ ਨੂੰ ਕੱਟ ਕੇ ਗਾਰਮੈਂਟ ਬਣਾਉਣਾ ਸਿਖਾਉਂਦੇ ਹਾਂ, ਔਰ ਬਹੁਤ ਹਾਈ ਲੈਵਲ ਦੀ ਡਿਜ਼ਾਈਨਿੰਗ ਬੱਚੇ ਇੱਥੋਂ ਸਿੱਖ ਕੇ ਹਾਈ ਲੈਵਲ 'ਤੇ ਜੋਬਸ ਅਚੀਵ ਕਰਦੇ ਨੇ। ਸਾਡੇ ਬੱਚੇ ਸਾਰੇ ਬ੍ਰਾਂਡਸ ਦੇ ਵਿੱਚ ਕੰਮ ਕਰ ਰਹੇ ਨੇ, ਬਹੁਤ ਹਾਈ ਲੈਵਲ 'ਤੇ ਕੰਮ ਕਰ ਰਹੇ ਨੇ। ਆਪਣੇ ਬ੍ਰਾਂਡਸ ਵੀ ਉਹਨਾਂ ਨੇ ਖੋਲ੍ਹੇ ਨੇ, ਅਤੇ ਅਸੀਂ ਬੱਚਿਆਂ ਲਈ ਬਹੁਤ ਅੱਛਾ ਫਿਊਚਰ ਵਿਸ਼ ਕਰਦੇ ਹਾਂ। ਬੱਚੇ ਤਕਰੀਬਨ ਸਾਰੇ ਜਿਵੇਂ ਕਿ ਮਡੈਮ ਡਿਊਕ ਔਰ ਮੋਂਟੀ ਕਾਰਲੋ, ਸਾਰੇ ਇੰਟਰਨੈਸ਼ਨਲ ਬ੍ਰਾਂਡਸ 'ਚ ਵੀ ਕੰਮ ਕਰ ਰਹੇ ਨੇ ਅਤੇ ਲੋਕਲ ਬ੍ਰਾਂਡਸ 'ਚ ਵੀ ਕੰਮ ਕਰ ਰਹੇ ਨੇ। ਆਪਾਂ ਚੰਗੇ ਬੱਚੇ ਲੱਭੀਏ ਜਿਨ੍ਹਾਂ ਨੂੰ ਇਨਫੋਰਮੇਸ਼ਨ ਕਨਵੇ ਹੋ ਸਕੇ ਕਿ ਐਡਮਿਸ਼ਨ ਦੇ ਲਈ ਲਾਸਟ ਡੇਟ ਅਪਲਾਈ ਕਰਨ ਦੀ ਹੈਗੀ ਹੈ 28 ਮਈ। ਲਿੰਕ ਤੁਹਾਨੂੰ ਕਨਵੇ ਕਰ ਦਿੱਤਾ ਗਿਆ ਹੈ, ਉਹ ਇੱਕ ਹਾਈਪਰ ਲਿੰਕ ਹੈਗਾ, ਉੱਥੇ ਜਾ ਕੇ ਆਪਦੀ ਰਜਿਸਟ੍ਰੇਸ਼ਨ ਕਰਵਾਓ। ਸੋ ਦੈਟ ਉਸ ਤੋਂ ਬਾਅਦ ਸਾਡੇ ਜਿਹੜੇ ਡੈਡੀਕੇਟਿਡ ਸਟਾਫ ਹੈਗੇ ਨੇ ਐਡਮਿਸ਼ਨ ਪ੍ਰੋਸੈਸ ਦੇ ਨਾਲ ਲਿੰਕਡ, ਉਹ ਤੁਹਾਡੇ ਨਾਲ ਇਨ ਟੱਚ ਵਿੱਚ ਰਹਿਣਗੇ, ਅਤੇ ਜੋ ਵੀ ਕੋਈ ਅਪਡੇਟ ਹੋਏਗਾ ਉਸ ਤੋਂ ਬਾਅਦ ਅਸੀਂ ਰੈਗੂਲਰਲੀ ਤੁਹਾਨੂੰ ਕਨਵੇ ਕਰਾਂਗੇ। ਸੋ ਦੈਟ ਇਟਸ ਅ ਕੁਆਇਟ ਸਮੂਥ ਰਜਿਸਟ੍ਰੇਸ਼ਨ ਪ੍ਰੋਸੈਸ, ਐਡਮਿਸ਼ਨ ਪ੍ਰੋਸੈਸ, ਅਤੇ ਦੋਵੇਂ ਕੋਰਸਾਂ ਵਿੱਚੋਂ BSc ਫੈਸ਼ਨ ਡਿਜ਼ਾਈਨ ਅਤੇ BSc ਨੈਟਵੇਅਰ ਡਿਜ਼ਾਈਨ ਐਂਡ ਟੈਕਨੋਲੋਜੀ ਦੇ ਵਿੱਚ ਆਪਦਾ ਐਪਲੀਕੇਸ਼ਨ ਸਮੇਂ ਟਾਈਮ 'ਤੇ ਜਮ੍ਹਾਂ ਕਰੋ।
ਧੰਨਵਾਦ। ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਦ ਸਮਰ ਨਿਊਜ਼।